ਲੱਦਾਖ ਠੀਕ ਆ ਆਪਣੀ ਜਗ੍ਹਾ, ਪਰ ਆਹ ਨਜ਼ਾਰਾ ਪੰਜਾਬ 'ਚ ਹੀ ਵੇਖਣ ਨੂੰ ਮਿਲ ਸਕਦਾ। ਇੰਨੀ ਹਰਿਆਲੀ ਅਤੇ ਪੱਧਰੇ ਖੇਤ, ਕਿਆ ਹੀ ਬਾਤਾਂ, ਕਿੰਨਾ ਵਧੀਆ ਮੌਸਮ ਹੋਇਆ। ਸਹੀ ਗੱਲ, ਠੰਡਾ ਠੰਡਾ ਮੌਸਮ ਸਪੀਤੀ ਲੱਦਾਖ ਵਾਲਾ ਇੱਧਰ ਵੀ ਹੋ ਗਿਆ। ਬਾਬਾ ਮੀਂਹ ਇੱਥੇ ਵੀ ਨਾਲ ਹੀ ਰਹਿ ਜਾਂਦਾ ਅਤੇ ਭੂਰ ਜੀ ਹਟਣੀ ਨਹੀਂ ਹੈਗੀ। ਤੜਕੇ ਵੈਸੇ ਚੰਗਾ ਖੁੱਲ੍ਹ ਕੇ ਬਾਹਰ ਹਟਿਆ ਹੈ, ਅਤੇ ਆਪਾਂ ਹੁਣ ਚੱਲੇ ਹਾਂ ਜਲੰਧਰ ਨੂੰ, ਨਾਲੇ ਗੱਡੀ ਦੀ ਕਰਾ ਕੇ ਆਉਣੀ ਆ ਸਰਵਿਸ, ਅਤੇ ਚੈੱਕ ਚੁੱਕ ਕਰਾਇਆ ਜੀ, ਕੋਈ ਨੁਕਸ ਤਾਂ ਨਹੀਂ ਪਿਆ। ਬਾਕੀ ਤੁਹਾਨੂੰ ਇਸ ਵੀਡੀਓ 'ਚ ਆਪਾਂ ਸਾਰਾ ਖਰਚਾ ਦੱਸਣਾ ਲੱਦਾਖ ਟੂਰ ਦਾ, ਤੇਲ ਕਿੰਨੇ ਦਾ ਬਲਿਆ, ਰਹਿਣ ਸਹਿਣ ਕਿੰਨੇ ਕੁ 'ਚ ਹੋਇਆ, ਅਤੇ ਆ ਜਾਓ ਫਿਰ। ਹਾਂ, ਇਕੱਲੇ ਲੱਦਾਖ ਦਾ ਨਹੀਂ, ਸਪੀਤੀ ਵੀ ਨਾਲ, ਸਾਰਾ ਓਵਰਆਲ ਟੂਰ ਕਿੰਨਾ। ਸੌਰੀ ਸ਼ਕਤੀ ਮੈਮ, ਸਾਰਾ ਹੀ ਟੋਟਲ ਆ ਜਾਓ। ਮੀਂਹ ਸਾਰੇ ਪੰਜਾਬ 'ਚ ਹੀ ਲੱਗ ਰਿਹਾ, ਪਿੰਡੋਂ ਅਸੀਂ ਜਲੰਧਰ ਪਹੁੰਚਣ ਵਾਲੇ ਹੋ ਗਏ ਤੇ ਇੱਥੇ ਵੀ ਦੇਖੋ ਹਲੇ ਕਿੰਨੀਆਂ ਕਾਲੀਆਂ ਘਟਾਵਾਂ ਤੇ ਹਲ ਨਾਲ ਪਈ ਵੀ ਜਾਂਦਾ ਆ। ਭੂਰ ਜੀ ਚੱਲੀ ਜਾਂਦੀ ਆ, ਵੈਸੇ ਤੜਕੇ ਤਾਂ ਲੱਗਾ ਪਿਆ, ਇੱਕ ਵਾਰ ਜ਼ੋਰ ਲਾ ਹਟਿਆ ਸਾਰੇ ਪਾਸੇ ਇਹ, ਤੇ ਹੁਣ ਬਸ ਬਰੀਕ ਬਰੀਕ ਭੂਰ ਪਈ ਜਾਂਦੀ ਆ, ਲੱਗਦਾ ਅੱਜ ਸਾਰਾ ਦਿਨ ਇੱਦਾਂ ਹੀ ਚੱਲੂ। ਚਲੋ ਵਧੀਆ, ਵੈਸੇ ਕਹਿੰਦੇ ਹੀ ਪੰਜਾਬ 'ਚ ਭਰਵਾਂ ਮੀਂਹ ਨਹੀਂ ਪਿਆ ਇਸ ਸੀਜ਼ਨ 'ਚ ਹਲੇ, ਸੌਣ ਕਹਿੰਦੇ ਇੱਦਾਂ ਹੀ ਲੰਘ ਗਿਆ, ਹੁਣ ਭਾਦੋਂ 'ਚ ਪੈ ਰਿਹਾ ਆ। ਆਹੋ ਚਲੋ, ਮੌਸਮ ਥੋੜ੍ਹਾ ਠੰਡਾ ਹੋ ਗਿਆ। ਹਾਂ ਵਧੀਆ, ਨਹੀਂ ਤੇ ਜਦੋਂ ਆਪਾਂ ਆਏ ਸੀ ਤਾਂ ਇਹਨੂੰ ਉਮਸ ਸੀਗੀ, ਭੜਾਸ ਬਣੀ ਪਈ ਸੀ, ਤਾਂ ਮੀਂਹ ਨੇ ਠੰਡਾ ਕਰਤਾ ਕੰਮ ਕਰ। ਪਹੁੰਚ ਗਏ ਆਪਾਂ ਲਵਲੀ ਵਾਲਿਆਂ ਦੇ ਨੈਕਸਾ ਸਰਵਿਸ ਸੈਂਟਰ। ਸਾਡੀ ਹੋ ਗਈ ਬਿਲਕੁਲ ਸਾਫ, ਤੇ ਮੀਂਹ ਹਲੇ ਵੀ ਨਹੀਂ ਹਟਿਆ, ਸਵੇਰ ਤਾਂ ਇੱਥੇ ਪਈ ਜਾਂਦਾ। ਇੱਕ ਦਿਨ ਲਗਾਤਾਰ ਮੀਂਹ ਪੈਣ ਤੋਂ ਬਾਅਦ ਅਗਲੇ ਦਿਨ ਦੀ ਖਿੜੀ ਧੁੱਪ 'ਚ ਤੁਹਾਡਾ ਸਵਾਗਤ ਹੈ। ਕੱਲ੍ਹ ਬਹੁਤ ਜ਼ਿਆਦਾ ਮੀਂਹ ਪਿਆ ਅਤੇ ਅਸੀਂ ਕੱਲ੍ਹ ਫਿਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕੇ, ਕਿਉਂਕਿ ਲੇਟ ਹੋ ਗਏ ਸੀ ਆਉਂਦਿਆਂ ਅਤੇ ਹਨੇਰਾ ਹੋ ਗਿਆ ਸੀਗਾ। ਅੱਜ ਵਾਲੀ ਵੀਡੀਓ ਦੇ ਵਿੱਚ ਹੁਣ ਆਪਾਂ ਨਵਾਂ ਟੂਰ ਵੀ ਸ਼ੁਰੂ ਕਰਤਾ ਤੇ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਵੀ ਦੇ ਦੇਣੀ ਆ। ਹਾਂਜੀ, ਕਿਉਂਕਿ ਮੀਂਹ ਇੰਨਾ ਪੈਂਦਾ ਸੀ ਤੇ ਲੇਟ ਵੀ ਹੋ ਗਿਆ, ਫਿਰ ਆ ਗਿਆ ਆਪਾਂ ਉਹਨੂੰ ਅੱਗੇ ਵੀਡੀਓ ਨੂੰ ਕੰਟੀਨਿਊ ਨਹੀਂ ਕਰ ਸਕਦਾ। ਕਈਆਂ ਨੇ ਹੁਣ ਕਹਿਣਾ ਵੀ ਕੱਲ੍ਹ ਤੁਸੀਂ ਮੀਂਹ 'ਚ ਫਿਰ ਗੱਡੀ ਕਾਹਦੇ ਧਵਾ ਕੇ ਲਿਆਂਦੀ, ਕਿਉਂਕਿ ਸਾਡੇ ਕੋਲ ਦਿਨ ਹੀ ਇੱਕੋ ਵਜਿਆ ਸੀਗਾ ਅਤੇ ਉਹਦੇ 'ਚ ਹੀ ਸਾਡੇ ਤੋਂ ਸਰਵਿਸ ਕਰਾ ਹੋਣੀ ਸੀਗੀ, ਅਤੇ ਅਗਲੇ ਦਿਨ ਮਤਲਬ ਅੱਜ ਅਸੀਂ ਨਿਕਲਣਾ ਸੀਗਾ ਟੂਰ 'ਤੇ, ਤਾਂ ਕਰਕੇ ਕੱਲ੍ਹ ਅਸੀਂ ਸਾਰੀ ਕਾਰਵਾਈ ਪਾਈ, ਗੱਡੀ ਦਾ ਜੋ ਕੁਛ ਕਰਾਉਣਾ ਸੀ ਉਹ ਕਰਾ ਕੇ ਲਿਆਂਦਾ ਆ। ਹਾਂਜੀ, ਕਿਹੜੀ ਕਿਹੜੀ ਧੁੱਪ 'ਚ ਆਲਾ ਦੁਆਲਾ ਕਿੰਨਾ ਸੋਹਣਾ ਲੱਗ ਰਿਹਾ ਆ, ਅਤੇ ਹੁਣ ਆਪਾਂ ਨਾਲ ਹੀ ਇਹ ਵੀ ਦੱਸ ਦਿੰਦੇ ਕਿ ਅੱਜ ਆਪਾਂ ਜਾ ਕਿੱਥੇ ਰਹੇ ਹਾਂ। ਜੀ, ਇਹ ਤਰਨ ਤਾਰਨ ਰੋਡ ਆ, ਮਤਲਬ ਗੋਇੰਦਵਾਲ ਸਾਹਿਬ ਤੋਂ ਆ ਰਿਹਾ, ਤਰਨ ਤਾਰਨ ਨੂੰ ਜਾ ਰਿਹਾ, ਅਤੇ ਅਸੀਂ ਪਿੰਡੋਂ ਸੁਲਤਾਨਪੁਰ ਲੋਧੀ ਤੋਂ ਹੁੰਦੇ ਹਾਂ ਮੁੰਡੀ ਮੋੜ, ਅਤੇ ਗੋਇੰਦਵਾਲ ਸਾਹਿਬ ਤੋਂ ਇੱਧਰ ਤਰਨ ਤਾਰਨ ਨਾਲ ਆ ਗਏ, ਅਤੇ ਅੰਮ੍ਰਿਤਸਰ ਏਅਰਪੋਰਟ ਜਾਣਾ ਆਪਾਂ, ਫਲਾਈਟ ਆ ਆਪਣੀ 4:45 ਵਜੇ ਦੀ,
ਤੇ ਜਾਂਦੇ ਜਾਂਦੇ ਆਪਾਂ ਦਰਬਾਰ ਸਾਹਿਬ ਵੀ ਮੱਥਾ ਟੇਕ ਕੇ ਜਾਣਾ। ਬਾਕੀ ਆਹ ਜਿੱਦਾਂ ਦਾ ਰੋਡ ਆ, ਇੱਦਾਂ ਦੇ ਰੋਡ ਹੁਣ ਪੰਜਾਬ 'ਚ ਘੱਟ ਦੇਖਣ ਨੂੰ ਮਿਲਦੇ ਆ, ਜਦਕਿ ਹੋਣੇ ਚਾਹੀਦੇ, ਇਹਨਾਂ ਦੀ ਲੋੜ ਆ। ਪੰਜਾਬ ਇਸ ਇਹਨਾਂ ਰੰਗਾਂ ਤੋਂ ਹੀ ਜਾਣਿਆ ਜਾਂਦਾ, ਪਛਾਣਿਆ ਜਾਂਦਾ, ਕਿਉਂਕਿ ਦੋਨੇ ਪਾਸੇ ਕਿੰਨੇ ਸੋਹਣੇ ਪੁਰਾਣੇ ਵੱਡੇ ਰੁੱਖ ਨੇ, ਹੈ ਨਾ। ਪੁਰਾਣੇ ਤਾਂ ਹੀ ਇੰਨੇ ਵੱਡੇ, ਹੁਣ ਤਾਂ ਅੱਜ ਕੱਲ੍ਹ ਰੋਡ 'ਤੇ ਜਿਹੜੇ ਮੇਨ 'ਤੇ ਹੁੰਦੇ ਹੀ ਨਹੀਂ, ਰੁੱਖ ਬੂਟੇ ਖੇਤਾਂ 'ਚੋਂ ਵੀ ਖਤਮ ਹੁੰਦੇ ਜਾ ਰਹੇ ਆ। ਹਾਂਜੀ, ਹਰ ਕੋਈ ਬੂਟਾ ਲਾਵੇ, ਹਰ ਕੋਈ ਰੁੱਖ ਲਾਵੇ। ਕਾਲਾ ਸੰਘਿਆ ਵਾਲੀ ਰੋਡ ਤੇ ਆ ਕੱਲੀ ਆਪਣੀ ਉੱਧਰ, ਜਾਂ ਫਿਰ ਜਿਹੜੀ ਸੁਲਤਾਨਪੁਰ ਲੋਧੀ ਨੂੰ ਆਉਂਦੀ ਆ। ਬਾਕੀ ਹੋਰ ਵੀ ਪੰਜਾਬ ਦੀਆਂ ਵੈਸੇ ਸੜਕਾਂ ਹੋਣਗੀਆਂ ਇੱਦਾਂ ਦੀਆਂ ਜਿਨ੍ਹਾਂ 'ਤੇ ਹੈਗੇ ਆ, ਪਰ ਅਸੀਂ ਜਿਹੜੇ ਜਿਹੜੇ ਸਾਡੀ ਰੇਂਜ ਦੇ ਵਿੱਚ ਹੈਗੇ ਉਹਨਾਂ ਦਾ ਜ਼ਿਕਰ ਕਰ ਰਹੇ ਹਾਂ। ਤਰਨ ਤਾਰਨ ਪਹੁੰਚ ਕੇ ਅਤੇ ਆਪਾਂ ਮੇਨ ਹਾਈਵੇ 'ਤੇ ਚੜ੍ਹ ਗਏ। ਅੰਮ੍ਰਿਤਸਰ 26 ਕਿਲੋਮੀਟਰ ਆ, ਅਤੇ ਸਿੱਧਾ ਅੰਮ੍ਰਿਤਸਰ ਹੀ ਆ ਇਹ ਰੋਡ ਜਾਂਦਾ। ਇਹ ਨਵੀਂ ਸੜਕ ਬਣੀ ਸੀਗੀ ਸੀਮੈਂਟ ਵਾਲੀ, ਨਹੀਂ ਇਸ ਤੋਂ ਪਹਿਲਾਂ ਖੱਬੇ ਹੱਥ ਇੱਕ ਸੜਕ ਨਿਕਲ ਗਈ, ਉਹ ਪੁਰਾਣੀ ਹੁੰਦੀ ਸੀਗੀ ਅਤੇ ਉਹੀ ਜਾਂਦੀ ਹੁੰਦੀ ਸੀ। ਇੱਥੇ ਗਾ ਕੇ ਸੜਕ ਜਲੰਧਰ ਵਾਲੀ ਸੜਕ ਦੇ ਨਾਲ ਲਿੰਕ ਹੋ ਜਾਂਦੀ ਹੈ। ਇਹ ਅੰਮ੍ਰਿਤਸਰ ਜਲੰਧਰ ਲੁਧਿਆਣਾ ਦਿੱਲੀ ਹਾਈਵੇ ਹੈ ਅਤੇ ਆਪਾਂ ਹੋ ਗਏ ਲਿੰਕ ਇਸ ਸੜਕ 'ਤੇ। ਇੱਥੋਂ ਅੰਮ੍ਰਿਤਸਰ 10 ਕਿਲੋਮੀਟਰ ਆ, ਸਮਝ ਲਓ ਐਂਟਰੀ ਹੋ ਹੀ ਗਈ ਨਾ। ਹਾਂਜੀ, ਉਸ ਗੋਲਡਨ ਗੇਟ ਆ ਜਾਣਾ ਨਾਲ ਹੀ ਹੁਣ ਉਰੇ। ਅੱਜ ਤਾਂ VIP ਟ੍ਰੀਟਮੈਂਟ ਮਿਲ ਰਿਹਾ, ਪਹਿਲਾਂ ਹੀ ਖੜੇ ਸੀ ਆ ਲੈ ਕੇ, ਆ ਜਾਓ ਕਹਿੰਦੇ ਛੇਤੀ। ਬੋਰਡਿੰਗ ਹੋ ਗਈ ਹੈ ਤੇ ਆਪਾਂ ਆ ਗਏ ਇੱਧਰ ਜਹਾਜ਼ ਬੈਠਣ ਲਈ, ਸਾਰੇ ਖੜੇ ਹੀ ਸੀਗੇ ਨਾ ਵੈਸੇ ਲਾਈਨ 'ਚ। ਉਹ ਜਹਾਜ਼ ਲੱਗਿਆ ਏਅਰ ਇੰਡੀਆ ਐਕਸਪ੍ਰੈਸ ਦਾ, ਇੰਨਾ ਕਿ ਆਪਾਂ ਨੂੰ ਵੇਟ ਨਹੀਂ ਕਰਨੀ ਪਈ ਅੱਜ। ਆਹੋ, ਨਹੀਂ ਤਾਂ ਅੱਗੇ ਕਈ ਵਾਰ ਬਹਿਣਾ ਪੈਂਦਾ। ਹਾਂਜੀ, ਇਹ ਵੀ ਸਾਰੇ ਹੁਣੇ ਇਕੱਠੇ ਭੇਜੇ ਆ, ਬਿਠਾਏ ਹੋਏ ਸੀ ਬਸ। ਪੌਣੇ ਚਾਰ ਵੈਸੇ ਉੱਡ ਜਾਣੀ ਸੀ ਫਲਾਈਟ ਆਪਣੀ, ਪਹਿਲਾਂ ਹੀ ਲੇਟ ਆਇਆ ਚੱਲ ਰਹੀ। ਕਰਦੇ ਕੀ ਕੋਸ਼ਿਸ਼ ਕਰੇ ਪੂਰੀ ਕਿਹਨੇ ਪਲੇਟ
ਏਅਰ ਇੰਡੀਆ ਨੇ ਇਹ ਨਵੀਂ ਸਰਵਿਸ ਸ਼ੁਰੂ ਕੀਤੀ ਹੈ, ਏਅਰ ਇੰਡੀਆ ਐਕਸਪ੍ਰੈਸ। ਅਤੇ ਜਹਾਜ਼ ਪਿੱਛੇ ਨੂੰ ਰੜ ਪਿਆ, ਹੁਣ ਇਹ ਰਨਵੇ 'ਤੇ ਜਾਊਗਾ ਹੌਲੀ ਹੌਲੀ ਸਿੱਧਾ ਜਿਹਾ ਹੋ ਕੇ। ਅਤੇ ਆਪਾਂ ਏਅਰ ਇੰਡੀਆ ਐਕਸਪ੍ਰੈਸ 'ਚ ਪਹਿਲੀ ਵਾਰ ਸਫ਼ਰ ਕਰਨ ਲੱਗੇ ਹਾਂ, ਵੈਸੇ ਏਅਰ ਇੰਡੀਆ 'ਚ ਕੀਤਾ ਹੋਇਆ ਕਿਉਂਕਿ ਇਹ ਇਹਨਾਂ ਦੀ ਨਵੀਂ ਸਰਵਿਸ ਸ਼ੁਰੂ ਹੋਈ ਹੈ ਅਤੇ ਇਹਦੇ 'ਚ ਨਵੇਂ ਜਹਾਜ਼ ਪਾਏ ਇਹਨਾਂ ਨੇ। ਏਅਰ ਇੰਡੀਆ ਦਾ ਤਜਰਬਾ ਵਧੀਆ ਸੀਗਾ, ਉਹਨਾਂ ਦਾ ਰੋਟੀ ਪਾਣੀ ਵਧੀਆ ਸੀ। ਬਾਕੀ ਜਦੋਂ ਦਾ ਟਾਟਾ ਗਰੁੱਪ ਹੋਇਆ ਉਦੋਂ ਤੋਂ ਏਅਰ ਇੰਡੀਆ ਕਾਫੀ ਸੁਧਰ ਗਿਆ। ਆ ਦੇਖੋ ਇੰਨੀ ਸਫਾਈ ਇੰਡੀਗੋ ਦੇ ਵਿੱਚ ਨਹੀਂ ਵੇਖੀ ਇੰਨੀ ਨਵੀਂ। ਅਤੇ ਇਹਨਾਂ ਨੇ ਚਾਰਜਿੰਗ ਪੁਆਇੰਟ ਵੀ ਦਿੱਤੇ ਪਏ ਆ USB ਦੇ। ਵਧੀਆ ਜਹਾਜ਼ ਨੇ ਇਹਨਾਂ ਦੇ ਹੁਣ ਨਵੇਂ। ਆਹ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਪੰਜਾਬ, ਹਰਾ ਭਰਿਆ। ਨਹਿਰ ਲੰਘ ਰਹੀ ਹੈ। ਆਹ ਦੇਖੋ ਕਿੰਨੇ ਸੋਹਣੇ ਲੱਗ ਰਹੇ ਘਰ। ਘੰਟਾ ਜੀ ਬੱਦਲਾਂ 'ਚ ਪਹੁੰਚ ਗਏ। ਅੱਜ ਕੱਲ੍ਹ ਇੱਦਾਂ ਦੇ ਬੱਦਲ ਵਧੀਆ ਜਿਹੇ ਲੱਗਦੇ ਹੁੰਦੇ, ਤੋ ਨੀਵੇਂ ਜਿਹੇ ਹੀ ਹੁੰਦੇ। ਹਾਂਜੀ, ਅਤੇ ਉਹਨਾਂ ਦੇ ਵਿੱਚ ਆ ਗਿਆ, ਹੇਠਾਂ ਰਹਿ ਗਿਆ ਪਿੰਡ, ਧੁੰਦਲਾ ਹੀ ਹੋ ਗਿਆ ਹੁਣ ਸਾਰਾ ਕੁਝ ਥੱਲੇ, ਥੋੜ੍ਹਾ ਥੋੜ੍ਹਾ ਹੀ ਬਸ ਦੇਖ ਰਿਹਾ ਵਿੱਚ ਬੱਦਲ ਆ ਨਾ, ਤਾਂ ਕਰਕੇ ਥੋੜ੍ਹਾ ਜ਼ਿਆਦਾ ਧੁੰਦਲਾ ਹੋਈ ਜਾ ਰਿਹਾ, ਉੱਦਾਂ ਵੈਸੇ ਹਲੇ ਦਿਖ ਰਹੇ। ਪਾਕਿਸਤਾਨ ਨੂੰ ਤਾਂ ਨਹੀਂ ਪਤਾ, ਪਾਕਿਸਤਾਨ ਤਾਂ ਆਪਾਂ ਬਾਰਡਰ ਟੱਪ ਕੇ ਜਾਵਾਂਗੇ। ਹਾਂਜੀ ਹਾਂਜੀ, ਵਾਗੇ ਵਾਲਾ ਬਾਰਡਰ ਜਲਦੀ ਟੱਪਾਂਗੇ। ਬੱਦਲ ਥੱਲੇ ਰਹਿ ਗਏ ਬਈ, ਜਹਾਜ਼ ਆ ਗਿਆ ਉੱਪਰ, ਅਤੇ ਇਹਨਾਂ ਦੀ ਜਿਹੜੀ ਬਰੀਕ ਬਰੀਕ ਜਿਹੀ ਧੁੰਦ ਹੁੰਦੀ ਉਹਨੇ ਥੋੜ੍ਹਾ ਜਿਹਾ ਵਿਜੂਅਲ ਜਿਹੜਾ ਥੱਲੜਲਾ ਹਰਾ ਹਰਾ ਕੇ ਜ਼ਿਆਦਾ ਦਿਖਦਾ ਸੀਗਾ, ਉਹ ਧੁੰਦਲਾ ਜਿਹਾ ਕਰਤਾ ਬੱਦਲਾਂ ਦੇ ਉੱਤੇ ਆ ਗਿਆ। ਕਿੰਨਾ ਸੋਹਣਾ ਲੱਗ ਰਿਹਾ ਨਾ, ਦੂਰ ਦੂਰ ਤੱਕ ਛੋਟੇ ਛੋਟੇ ਪਿੰਡ ਸਾਰੇ ਦਿਖਾਉਂਦੇ ਹਲੇ, ਇੱਧਰ ਵੀ ਬੱਦਲ ਫੰਬੀਆਂ ਜਿਹੀਆਂ ਕਿੰਨੀਆਂ ਸੋਹਣੀਆਂ ਲੱਗਣ ਦੀਆਂ ਰੂਮ ਜਿਹਾ। ਇਹ ਤਾਂ ਆਪਣੇ ਪਿੰਡਾਂ ਵੱਲ ਹੀ ਆ ਗਿਆ, ਜਿਹੜੇ ਘਰਾਂ ਆਪਾਂ ਰਾਤ ਨੂੰ ਦੇਖਦੇ ਹੁੰਦੇ ਨਾ, ਉਹ ਇਹੀ ਹੈ, ਉਹ ਆਪਣੇ ਪਿੰਡਾਂ ਵਾਲੀ ਲੰਘ ਜਾਂਦੇ ਆ। ਕਿਉਂਕਿ ਆਹ ਦੇ ਗੋਇੰਦਵਾਲ ਸਾਹਿਬ ਇੱਧਰੋਂ ਲੰਘ ਕੇ ਗਏ ਸੀ, ਉਹ ਥਰਮਲ ਪਲਾਂਟ 'ਚੋਂ ਧੂੰਆਂ ਨਿਕਲ ਰਿਹਾ। ਹਾਂਜੀ, ਅਭਿਆਸ ਦਰਿਆ ਵੀ ਦਿਖ ਰਿਹਾ ਥੱਲੇ, ਗਹਿਰਾ ਜਿਹਾ ਪਾਣੀ ਨਾ ਜਿਹੜਾ, ਉਹ ਦਿਖ ਰਿਹਾ, ਕੀ ਪਤਾ ਆਪਣਾ ਪਿੰਡ ਵੀ ਦਿਖ ਜਾਵੇ। ਸਹੀ ਹੈ, ਕਿਉਂਕਿ ਹਲੇ ਦਿਖੀ ਜਾ ਰਿਹਾ ਨਾ ਦੂਰ ਦੂਰ ਤੱਕ ਸਾਰਾ। ਇੱਥੋਂ ਪਿੰਡ ਸਾਰੇ ਨੇੜੇ ਨੇੜੇ ਲੱਗਦੇ ਆ, ਬੜੀ ਛੇਤੀ ਹੈ, ਮਤਲਬ ਆਪਣੇ ਪਿੰਡ ਵੀ ਫਿਰ ਪੰਦਰਾਂ ਮਿੰਟਾਂ 'ਚ ਪਹੁੰਚ ਜਾਊ ਇੱਥੋਂ। ਸਵੇਰ ਦੇ ਕਿੰਨੇ ਟਾਈਮ ਲੱਗ ਗਿਆ ਆਪਾਂ ਪਹੁੰਚੇ, ਦੇਖ ਲਓ ਜਹਾਜ਼ ਦਾ ਕੀ ਕਮਾਲ ਚੀਜ਼ ਹੈ ਨਾ, ਮਿੰਟੋ ਮਿੰਟੀ ਪਹੁੰਚਾਉਂਦਾ।
ਇੱਥੇ ਤਾਂ ਬੱਦਲ ਹੀ ਬਾਹਲੇ ਆ, ਜਹਾਜ਼ ਹੋਣ ਲੱਗਾ, ਲੈਂਡ ਹੋ ਹੀ ਗਿਆ ਬਈ। ਵੈਲਕਮ ਟੂ ਹੈਦਰਾਬਾਦ, ਹੈਦਰਾਬਾਦ 'ਚ ਸਵਾਗਤ ਹੈ। ਜਹਾਜ ਦੇ ਬਾਹਰ ਹੀ ਆਪਣੇ ਲਈ ਬੱਸ ਲੱਗੀ ਹੈ। ਵੈਲਕਮ ਟੂ ਹੈਦਰਾਬਾਦ, ਇੱਥੇ ਵੀ ਵੈਲਕਮ ਹੋ ਗਿਆ। ਹੈਦਰਾਬਾਦ ਦਾ ਏਅਰਪੋਰਟ ਬਾਹਲਾ ਹੀ ਵੱਡਾ ਬਈ, ਅਤੇ ਇਹ ਵੀ ਪੂਰਾ ਐਕਸਪਲੋਰ ਕਰਨ ਵਾਲਾ ਹੈ। ਪੂਰਾ ਮੌਲ ਆ ਇਹਦੇ ਅੰਦਰ, ਬਹੁਤ ਕੁਛ ਆ, ਅਤੇ ਇੱਕ ਵੀਡੀਓ ਮਤਲਬ ਜੇ ਬਣਾਉਣੀ ਹੋਵੇ ਤਾਂ ਏਅਰਪੋਰਟ ਦੇ ਅੰਦਰੋਂ ਹੀ ਬਣ ਜਾਊਗੀ, ਅਤੇ ਉਹ ਜੇ ਸਬੱਬ ਬਣਿਆ ਤਾਂ ਬਣਾਉਂਦੇ ਹਾਂ ਅਤੇ ਬਣਾਵਾਂਗੇ ਮਤਲਬ। ਹਾਂਜੀ, ਬਾਕੀ ਆਪਾਂ ਇੱਥੇ ਹੁਣ ਹਫ਼ਤਾ 10 ਦਿਨ ਇੱਥੇ ਰੁਕਾਂਗੇ, ਅਤੇ ਉਹਦੇ 'ਚ ਕੀ ਵੇਖਣਾ? ਬਹੁਤ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੈਦਰਾਬਾਦ, ਸਿਟੀ ਵੀ ਵੇਖਣੀ ਆਪਾਂ। ਹਾਂਜੀ, ਚਾਰ ਮੀਨਾਰ ਹੈ, ਹੋਰ ਵੀ ਸਾਰੀਆਂ ਫਿਲਮਾਂ ਦੇ ਸੈੱਟ ਹੱਲੇ ਵੀ ਉੱਥੇ ਲੱਗੇ ਪਏ ਆ, ਪੁਰਾਣੀਆਂ ਇਮਾਰਤਾਂ ਵੀ ਦੇਖਣ ਵਾਲੀਆਂ ਇੱਥੇ ਕਾਫੀ ਹੈਦਰਾਬਾਦ। ਚਾਰ ਮੀਨਾਰ ਵੀ ਹੈਗਾ ਇੱਕ, ਹਾਂ, ਹੈਦਰਾਬਾਦ ਦੇ ਖਾਣੇ ਉਹ ਵੀ ਮਸ਼ਹੂਰ ਆ, ਬਹੁਤ ਕੁਝ ਵੇਖਣ ਵਾਲਾ, ਹੈਦਰਾਬਾਦੀ ਬਿਰਿਆਨੀ, ਹੋਰ ਵੀ ਬਹੁਤ ਕੁਛ ਆ। ਘੁੰਮਣ ਆਏ ਹਾਂ ਅਤੇ ਘੁੰਮਾਂਗੇ। ਆਪਣਾ ਤਾਂ ਖੈਰ ਕੋਈ ਬੈਗ ਡਰੋਪ ਨਹੀਂ ਸੀਗਾ। ਹਾਂਜੀ, ਆਊਟ ਇੱਧਰੋਂ ਹੀ ਕਰ ਹੋਣਾ। ਤੇਲੰਗਾਨਾ ਸਟੇਟ ਹੈ। ਹਾਂਜੀ, ਪਹਿਲਾਂ ਹੈਦਰਾਬਾਦ ਦੇ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਸੀਗਾ। ਹਾਂਜੀ, ਅਤੇ ਹੁਣ ਇਹ ਹੈਗਾ ਆ ਤੇਲੰਗਾਨਾ ਦੀ, ਵੱਖਰਾ ਸੂਬਾ ਬਣ ਗਿਆ ਸੀ ਨਾ ਤੇਲੰਗਾਨਾ, ਫਿਰ ਉਦੋਂ ਹੈਦਰਾਬਾਦ ਇੱਧਰ ਇਹਦੀ ਰਾਜਧਾਨੀ ਹੈ। ਹੈਦਰਾਬਾਦ 'ਚ ਇੰਦਰ ਦੇਵਤਾ ਪ੍ਰਸੰਨ ਹੋਏ ਪਏ ਆ, ਮੀਂਹ ਪੈਂਦਾ ਤਾਂ ਅਸੀਂ ਇੱਥੇ ਹੋਟਲ ਲਿਆ ਆ ਕੇ ਅਤੇ ਸਮਾਨ ਸਮੂਨ ਰੱਖਿਆ ਆ, ਅਤੇ ਨਾਲ ਹੀ ਥੱਲੇ ਇਹਨਾਂ ਦਾ ਰੈਸਟੋਰੈਂਟ ਆ, ਇੱਥੋਂ ਖਾ ਪੀ ਲਈਏ, ਖੁਸ਼ ਭੁੱਖ ਲੱਗੀ ਆ, ਬਸ 'ਚੋਂ ਆਪਾਂ ਉਤਰ ਗਏ ਸੀ ਇੱਥੇ। ਅਸੀਂ ਕੀਤੀਆਂ 2 ਥਾਲੀਆਂ ਆਰਡਰ ਅਤੇ ਆਹ ਸਮਾਨ ਆ ਗਿਆ ਸਾਰਾ। ਤੂੰ ਦੇਖੋ ਸਾਊਥ ਦਾ ਰੰਗ, ਥੱਲੇ ਕੇਲੇ ਦਾ ਪੱਤਾ ਪੂਰਾ ਵਿਛਾਇਆ ਉਹਨਾਂ ਨੇ ਕੱਟ ਕੇ। ਹਾਂ, ਥਾਲੀ 'ਚ ਕਿੰਨਾ ਕੁਛ ਹੀ ਆ ਗਿਆ, ਸਬਜ਼ੀ ਮਿਕਸ ਆ, ਪਨੀਰ, ਦਾਲ, ਚੌਲ, ਆਹ 2 ਤਰ੍ਹਾਂ ਦੇ ਆ, ਇੱਕ ਕਰਾਰੇ ਜਿਹਾ ਲੱਗਣ, ਮਤਲਬ ਥੋੜ੍ਹੇ ਸਪਾਈਸੀ ਜਿਹਾ, ਚਟਨੀ ਆ, ਅੱਛਾ, ਲੱਸੀ, ਹਾਂ, ਗੁਲਾਬ ਜਾਮੁਨ, ਠੀਕ ਹੈ, ਅੰਮ੍ਰਿਤਸਰੀ ਪਾਪੜ ਇੱਥੇ ਵੀ ਆ, ਅੰਮ੍ਰਿਤਸਰੀ ਪਾਪੜ ਵੀ ਨਾਲ ਨਾਲ ਦਿੱਤਾ ਹੈ। ਇਹ ਆ ਕੇਲੇ ਦੇ ਪੱਤੇ ਦੇ ਬਹੁਤ ਲਾਭ ਆ, ਇਹਦੇ ਉੱਤੇ ਰੱਖ ਕੇ ਖਾਣ ਦੇ ਨਾਲ ਹੀ ਮਤਲਬ ਸਿਹਤ ਨੂੰ ਕਈ ਬੈਨੀਫਿਟ ਹੋ ਜਾਂਦੇ ਆ। ਆਪਾਂ ਪੱਤਾ ਆਪਾਂ ਨਹੀਂ ਵੀ ਖਾਂਦੇ ਹੁੰਦੇ, ਹਾਂਜੀ, ਪਰ ਇਹਦੇ ਉੱਤੇ ਰੱਖ ਕੇ ਖਾਣ ਨਾਲ ਹੀ ਬੜਾ ਕੁਝ ਮਿਲਦਾ ਸਰੀਰ ਨੂੰ, ਇਸੇ ਕਰਕੇ ਸਾਊਥ ਵਾਲੇ ਇਹ
ਸ਼ੁਰੂ ਤੋਂ ਇਹਨਾਂ ਤੇ ਹੀ ਰੱਖ ਕੇ ਖਾਂਦੇ ਆ। ਇਹ ਹੋਟਲ ਦਾ ਕਮਰਾ ਜਿਹੜਾ ਆਪਾਂ booking.com ਤੋਂ ਬੁੱਕ ਕੀਤਾ, AC ਰੂਮ ਆ ਅਤੇ 1400 ਰੁਪਈਏ ਦਾ ਆਪਾਂ ਨੂੰ ਇਹ ਪਿਆ, ਨਾਲ ਅਟੈਚ ਵਾਸ਼ਰੂਮ ਅਤੇ ਆ LED ਜੀ ਵੀ ਲੱਗੀ ਆ। ਸਾਨੂੰ ਹੈਦਰਾਬਾਦ 'ਚ ਪਹੁੰਚਿਆਂ ਨੂੰ 24 ਘੰਟੇ ਹੋ ਗਏ ਅਤੇ ਮੀਂਹ ਇਸ ਤੋਂ ਵੀ 24 ਘੰਟੇ ਪਹਿਲਾਂ ਦਾ ਪੈ ਰਿਹਾ, ਮਤਲਬ 2 ਦਿਨ ਲਗਾਤਾਰ ਪੈ ਰਿਹਾ ਤਾਂ ਹਾਲੇ ਹੋਰ ਪਊਗਾ। ਪਰ ਆਹ ਸੜਕਾਂ ਵੇਖ ਲਓ ਤੁਸੀਂ, ਪਾਣੀ ਖੜ੍ਹਾ ਨਹੀਂ ਮਿਲੂਗਾ, ਇੱਧਰ ਨੂੰ ਰੇੜ ਆ ਅਤੇ ਇੱਧਰ ਨੂੰ ਪਾਣੀ ਰੁੜਦਾ ਜਾਂਦਾ ਸੀਵਰੇਜ 'ਚ। ਇਹਦਾ ਮਤਲਬ ਇਹ ਆ ਵੀ ਇੱਥੋਂ ਦਾ ਸੀਵਰੇਜ ਸਿਸਟਮ ਬਹੁਤ ਕਮਾਲ ਦਾ, ਵੀ ਜਿਹੜਾ ਪਾਣੀ ਨੂੰ ਇੰਨੇ ਨੂੰ ਝੱਲ ਰਿਹਾ ਵੀ 48 ਘੰਟੇ ਤੋਂ ਮੀਂਹ ਪੈ ਰਿਹਾ ਹੋਵੇ ਅਤੇ ਪਾਣੀ ਨਾ ਖੜ੍ਹਾ ਹੋਵੇ, ਕਮਾਲ ਆ। ਸਾਨੂੰ ਹੈਦਰਾਬਾਦ ਪਹੁੰਚਿਆਂ ਨੂੰ ਅੱਜ 4th ਦਿਨ ਆ ਅਤੇ ਮੀਂਹ ਹਾਲੇ ਵੀ ਲਗਾਤਾਰ ਪਈ ਜਾ ਰਿਹਾ, ਬਸ ਮਾੜੀ ਜਿਹੀ ਬ੍ਰੇਕ ਲੱਗੀ ਆ। ਦਿਨ ਰਾਤ ਮੀਂਹ ਪਿਆ ਇੱਥੇ ਅਤੇ ਸਾਡੇ ਆਉਣ ਤੋਂ ਜਿਵੇਂ ਦੱਸਿਆ ਵੀ 1 ਦਿਨ ਪਹਿਲਾਂ ਤੋਂ ਮੀਂਹ ਪੈ ਰਿਹਾ ਸੀ ਅਤੇ ਅੱਜ 5th ਦਿਨ ਆ ਅਤੇ ਹਾਲੇ 2-3 ਦਿਨ ਮੀਂਹ ਹੋਰ ਪੈਣਾ, ਇਹੀ ਅਲਰਟ ਸ਼ੋ ਕਰ ਰਿਹਾ। ਅਤੇ ਆਪਾਂ ਇਹ ਵੀਡੀਓ ਸ਼ੁਰੂ ਕੀਤੀ ਸੀ ਵੀ ਤੁਹਾਨੂੰ ਖਰਚਾ ਦੱਸਾਂਗੇ ਸਪੀਤੀ ਅਤੇ ਲੱਦਾਖ ਦਾ, ਅਤੇ ਇਹਦੇ 'ਚ ਹੀ ਆਪਾਂ ਫਿਰ ਟੂਰ ਸ਼ੁਰੂ ਕਰਕੇ ਇੱਧਰ ਨੂੰ ਆ ਗਏ ਸੀ ਕਿਉਂਕਿ ਦਿਨ ਆਪਣੇ ਕੋਲ ਉਹੀ ਸੀਗਾ। ਅਤੇ ਹੁਣ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਵੀ ਆਪਣੇ ਟੋਟਲ ਲੱਗੇ ਆ 1 ਮਹੀਨੇ ਤੋਂ 3 ਕੁ ਦਿਨ ਉੱਪਰ ਲੱਗੇ ਆ ਜਿਹੜੇ ਸਾਰੇ ਸਪੀਤੀ ਅਤੇ ਲੱਦਾਖ ਦੇ ਵਿੱਚ। ਸਪੀਤੀ ਨੂੰ ਆਪਾਂ ਚੰਗੀ ਤਰ੍ਹਾਂ ਐਕਸਪਲੋਰ ਕੀਤਾ ਅਤੇ ਲੱਦਾਖ ਦਾ ਆਪਾਂ ਲੇਹ ਜ਼ਿਲ੍ਹਾ ਕਾਫੀ ਘੁੰਮਿਆ ਅਤੇ ਉਦੋਂ ਬਾਅਦ 'ਚ ਕਾਰਗਿਲ ਅਤੇ ਕਸ਼ਮੀਰ ਹੁੰਦਿਆਂ ਵਾਪਸ ਆ ਗਏ, ਜਦਕਿ ਸਾਡੇ ਤੋਂ ਬਾਅਦ 'ਚ 5 ਜ਼ਿਲ੍ਹੇ ਹੁਣ ਹੋਰ ਨਵੇਂ ਅਨਾਊਂਸ ਹੋ ਗਏ ਆ, ਮਤਲਬ ਟੋਟਲ 7 ਜ਼ਿਲ੍ਹੇ ਹੋ ਗਏ ਜਦਕਿ ਪਹਿਲਾਂ ਸੀਗੇ 2। ਅਤੇ ਇਹਨਾਂ ਸਾਰੇ ਦਿਨਾਂ ਦਾ ਖਰਚਾ ਜਿਹੜਾ ਪੈਟਰੋਲ ਦਾ ਆ ਉਹ 20,000 ਤਕਰੀਬਨ ਇੰਨੇ ਦਾ ਪੈਟਰੋਲ ਲੱਗਿਆ। ਅਤੇ ਜਿਹੜਾ ਰਹਿਣ ਸਹਿਣ ਆ ਉਹਦੇ 'ਚ ਕੁਝ ਥਾਵਾਂ ਇੱਦਾਂ ਦੀਆਂ ਸੀ ਜਿਨ੍ਹਾਂ ਦੇ ਵਿੱਚ ਰਾਤ ਦਾ ਖਾਣਾ ਅਤੇ ਸਵੇਰ ਦਾ ਖਾਣਾ ਵੀ ਇਨਕਲੂਡ ਸੀਗਾ, ਉਹ ਅਸੀਂ ਦੇਖਿਆ 22,000 ਤੋਂ ਥੋੜ੍ਹਾ ਕੁ ਉੱਪਰ ਗਿਆ ਆ, ਮਤਲਬ ਟੋਟਲ ਆਪਣਾ ਹੁਣ ਹੋ ਗਿਆ 42,000 ਰੁਪਈਆ। ਅਤੇ ਕੁਛ ਥਾਵਾਂ ਇੱਦਾਂ ਦੀਆਂ ਜਿੱਥੇ ਨਾਲ ਫੂਡ ਇਨਕਲੂਡ ਨਹੀਂ ਸੀ ਉੱਥੇ ਵੱਖਰਾ ਖਾਧਾ, ਅਤੇ ਉਹੀ 45,000-50,000 ਮਤਲਬ ਟੋਟਲ ਸਾਰਾ ਖਰਚਾ ਇੰਨੇ ਦਿਨਾਂ ਦਾ ਆ ਗਿਆ। ਬਾਕੀ ਖੁਦ 'ਤੇ ਵੀ ਡਿਪੈਂਡ ਕਰਦਾ ਹੁੰਦਾ ਵੀ ਕਿੱਦਾਂ ਦੀ ਰਿਹਾਇਸ਼ ਲੈਣੀ, ਕਿੱਦਾਂ ਦਾ ਖਾਣ ਪੀਣ, ਮਤਲਬ ਉਹਦੇ 'ਚ ਵੱਖਰੇ ਵੱਖਰੇ ਲੈਵਲ ਆ। ਜੇ ਤੁਸੀਂ ਮਤਲਬ ਉੱਦਾਂ ਵੀ ਆਮ ਟੂਰਿਸਟ ਜਾਂਦਾ ਹਫ਼ਤੇ 10 ਦਿਨ ਲੈ ਕੇ ਜਾਂਦਾ ਅਤੇ 15,000-20,000 ਦੇ ਵਿੱਚ ਮਤਲਬ ਇੰਨੇ 'ਚ ਤੁਹਾਡਾ ਬਹੁਤ ਵਧੀਆ ਸਰ ਜੂਗਾ। ਅਤੇ ਹੁਣ ਆਪਾਂ ਆਉਂਦੇ ਹਾਂ ਗੱਡੀ 'ਤੇ, ਵੀ ਛੋਟੀ ਗੱਡੀ 'ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ, ਚਾਹੇ ਸਪੀਤੀ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਆਫ ਰੋਡਿੰਗ ਕੀਤੀ, ਲੱਦਾਖ ਦੇ ਵਿੱਚ ਵੀ ਕੀਤੀ, ਕਿਤੇ ਗੱਡੀ ਟੱਚ ਨਹੀਂ ਹੋਈ। ਅਤੇ ਏਜੰਸੀ ਦੇ ਵਿੱਚ ਆ ਕੇ ਸਾਰਾ ਉਹਨਾਂ ਨੇ ਚੈੱਕ ਕੀਤਾ ਅਤੇ ਇਕੱਲੀ ਸਰਵਿਸ ਹੀ ਕੀਤੀ ਆ, ਸਸਪੈਂਸ਼ਨ ਨੂੰ ਕੋਈ ਫਰਕ ਨਹੀਂ ਪਿਆ, ਨਾ ਕੋਈ ਸ਼ੌਕਰ ਨੂੰ ਅਤੇ ਨਾ ਕਿਸੇ ਹੋਰ ਚੀਜ਼ ਨੂੰ। ਸਰਵਿਸ ਦੇ ਵਿੱਚ ਇਕੱਲੇ ਉਹਦੇ ਫਿਲਟਰ ਹੀ ਬਦਲ ਹੋਏ ਆ, ਏਅਰ ਫਿਲਟਰ ਜਾਂ ਜਿਹੜਾ ਮੋਬਿਲ ਆਇਲ ਵਾਲਾ ਫਿਲਟਰ ਹੁੰਦਾ ਅਤੇ AC ਵਾਲਾ ਫਿਲਟਰ, ਇਹ 3 ਫਿਲਟਰ ਬਦਲ ਹੋਇਆ ਅਤੇ ਬਾਕੀ ਨੋਰਮਲ ਸਾਰੀ ਸਰਵਿਸ ਆ। ਅਤੇ ਤੁਸੀਂ ਮਤਲਬ ਛੋਟੀਆਂ ਗੱਡੀਆਂ 'ਤੇ ਜਾ ਸਕਦੇ ਹੋ, ਵੈਸੇ ਵੀ ਤੁਹਾਨੂੰ ਵਿਖਾਇਆ ਵੀ ਉੱਥੇ ਆਲਟੋ ਵੀ ਭੱਜੀਆਂ ਫਿਰਦੀਆਂ, ਸੋ ਬਸ ਸੇਫ ਡਰਾਈਵ ਕਰਿਓ। ਅਤੇ ਇਹੀ ਸਾਰੀ ਜਾਣਕਾਰੀ ਸੀਗੀ ਅਤੇ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ। ਅਤੇ ਸਾਨੂੰ ਉਡੀਕ ਆ ਵੀ 1-2 ਦਿਨਾਂ ਦੇ ਵਿੱਚ ਜਿਹੜਾ ਮੀਂਹ ਆ ਇਹ ਖਤਮ ਹੋਵੇ ਅਤੇ ਫਿਰ ਆਪਾਂ ਹੈਦਰਾਬਾਦ ਘੁੰਮਣਾ ਅਤੇ ਹੈਦਰਾਬਾਦ ਦੀਆਂ ਜਿਹੜੀਆਂ ਸੋਹਣੀਆਂ ਥਾਵਾਂ ਉਹ ਵੇਖਣੀਆਂ ਅਤੇ ਨਾਲੇ ਤੁਹਾਨੂੰ ਵਿਖਾਉਣੀਆਂ। ਅਤੇ ਠੀਕ ਆ ਜੀ, ਫਿਰ ਮਿਲਦੇ ਹਾਂ ਅਗਲੀ ਵੀਡੀਓ 'ਚ, ਵੇਖਦੇ ਰਹੋ ਵਾਕ ਵਿਦ ਟੁਰਨਾ।